कोर्ट का प्रोसैस है जी जी कि अदालत ने असी अपना पक्ष रखना जी जी प्रोसीक्यूशन ने अपना पक्ष रखना कोर्ट ने अपने जिहड़ा ओपीनियन लेना भी इन्हां दे विच की कीता जाता पर क्योंकि कोई भी फैसला अप टू सुप्रीम कोर्ट जिहड़ा ना जिन्ना चिर उन्ना चिर फाइनल नहीं गा मे बी इन्हां दी इस कोर्ट ने जिहड़ा वा जमानत जिहड़ी ग्रांट नहीं कीती पर सब बिक्रम सिंह कोल जिहड़ा उन्हां कोल एक ऑप्शन हैगी अजे हाई कोर्ट के डबल बेंच को भी जा सकते हैं डबल बेंच तो अगे फिर सुप्रीम कोर्ट जा सकते हैं बड़े ऑप्शन अजे होर ने जी हैगियां ने कुदरती गल अपील जावांगी जी रेड भी हुई है क्राइम ब्रांच मोहाली तो बिल्कुल उन्हां दा फर्ज बनता ड्यूटी आ क्योंकि उन्होंने उन्होंने को परचा दर्ज आ उन्होंने फर्ज बनता उन्होंने ड्यूटी आ वो आण के जिन्ना चिर कोर्ट वालों रिलीफ नहीं मिल जाती ਉਹਨਾਂ ਚਿਰ ਉਹਨਾਂ ਨੇ ਸਰਚ ਵੀ ਕਰਨੀ ਉਹਨਾਂ ਨੇ ਆਪਣੇ ਯਤਨ ਵੀ ਪਰ ਕਹਿੰਦੇ ਸਰਚ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਗਈ ਅੰਦਰ ਜਾਣ ਨਹੀਂ ਦਿੱਤਾ ਗਿਆ ਇੱਥੇ ਗੇਟ ਤੇ ਰੋਕ ਰੱਖਿਆ ਗਿਆ ਉਹਨਾਂ ਨੂੰ ਬਿਲਕੁਲ ਇਹ ਗੱਲ ਨਹੀਂ ਵੀ ਹੈਗੀ ਜੀ ਆਇਆ ਉਹਨਾਂ ਨੂੰ ਪੁੱਛਣਾ ਵੀ ਤੁਸੀਂ ਕੌਣ ਜੇ ਕਿੱਥੋਂ ਆਏ ਜੇ ਉਹ ਸਾਡਾ ਫਰਜ਼ ਬਣਦਾ ਜੀ ਜਿਸ ਵੇਲੇ ਉਹਨਾਂ ਨੇ ਆਪਣਾ ਦੱਸਿਆ ਵੀ ਅਸੀਂ ਮੋਹਾਲੀ ਤੋਂ ਆਏ ਹਾਂ ਲੋਕਲ ਪੁਲਿਸ ਸਾਡੇ ਨਾਲ ਹੈ ਜੀ ਅਸੀਂ ਉਹਨਾਂ ਨਾਲ ਜਾ ਕੇ ਸਾਰਾ ਜਿਹੜੀ ਉਹਨਾਂ ਰਿਕੁਆਇਰਮੈਂਟ ਸੀ ਉਹਨਾਂ ਨੂੰ ਅੰਦਰ ਜਾ ਕੇ ਸਰਚ ਕੀਤੀ ਉਹਨਾਂ ਨੇ ਕੀਤੀ ਜੀ ਉਹ ਗਏ ਨਾਲ ਸਾਡੇ ਤਾਂ ਹੁਣ ਤੜਕੋ ਕੀ ਕਾਨੂੰਨ ਅੱਗੋਂ ਕੀ ਕਿੱਥੇ ਮੂਵ ਹੋਣ ਜਾ ਰਹੇ ਹੋ ਸੁਪਰੀਮ ਕੋਰਟ 'ਚ ਮੂਵ ਹੋਵੋਗੇ अजे तो हाई कोर्ट भी जा सकते हैं डबल बेंच को जा सकते हैं जी हाई कोर्ट तो बाद सुप्रीम कोर्ट भी जा सकते हैं जी अजे साढ़े कोल ऑप्शन हैगी आ कोर्ट के कोल जाण दी कोर्ट के कोल जिहड़ा ना जी राइट आ हर एक बंदे दा वो जाके जे मान लो इन्हां दे उत्ते केस दर्ज आ जी जी कोर्ट ने रिलीफ नहीं दिती ग्रांट नहीं कीती बेल पर इन्हां कोल हैगा ये कोर्ट के कोल अज लगी हुई एप्लीकेशन ਵੀ ਨੋਮੀਨੇਸ਼ਨ ਫਾਈਲ ਕਰਨ ਵਾਸਤੇ ਜਿਹੜਾ ਉਹ ਪਰਮਿਸ਼ਨ ਦਿੱਤੀ ਜਾਵੇ ਪਲੱਸ ਉਹਨਾਂ ਚਿਰ ਜਿਹੜਾ ਵਾ ਉਹ ਜਿਹੜਾ ਜਿੰਨਾ ਚਿਰ ਆਪਣਾ ਅਸੀਂ ਅੱਗੇ ਜਾਂਦੇ ਨਹੀਂ ਅਪੀਲ 'ਚ ਅੱਗੋਂ ਉਹਨਾਂ ਚਿਰ ਸਾਨੂੰ ਅਪੀਲ 'ਚ ਜਾਣ ਵਾਸਤੇ ਸਾਨੂੰ ਸਮਾਂ ਵੀ ਦਿੱਤਾ ਜਾਵੇ ਉਹਦੇ ਉੱਤੇ ਅੱਜ ਜਿਹੜਾ ਕੋਰਟ ਦੇ ਵਿੱਚ ਉਹ ਹੀਅਰਿੰਗ 'ਤੇ ਲੱਗੀ ਅੱਜ ਐਪਲੀਕੇਸ਼ਨ ਬਿਲਕੁਲ ਕੀਤਾ ਜਾ ਰਿਹਾ ਜੀ ਇਹਦੇ 'ਚ ਕੋਈ ਸ਼ੱਕ ਨਹੀਂ ਕਿਤੇ ਤੁਸੀਂ ਵੀ ਸਾਰੇ ਜਾਣਦੇ ਜੇ ਕੀਤਾ ਜਾ ਰਿਹਾ ਕੁਦਰਤੀ ਗੱਲ ਹੈ ਜਿੰਨਾ ਤੁਹਾਡਾ ਕੈਲੀਬਰ ਹੋਊ ਉਹਨਾਂ ਤੁਸੀਂ ਨਿਸ਼ਾਨੇ 'ਤੇ ਵੱਧ ਹੋਵੋਗੇ ਦੇਖੋ ਰੇਡ ਤਾਂ ਹੋਈ ਆ ਕੋਰਟ ਤੋਂ ਰਿਲੀਫ ਨਾ ਮਿਲਣ ਕਰਕੇ ਬਾਕੀ ਜਿਹੜਾ ਤਗੜਾ ਆਗੂ ਹੁੰਦਾ ਜੀ ਉਹਦੇ ਤੋਂ ਵਿਰੋਧੀਆਂ ਨੂੰ ਹਮੇਸ਼ਾ ਹੀ ਭੈ ਹੁੰਦਾ ਇਸ ਕਰਕੇ ਸਾਹਿਬ ਬਿਕਰਮ ਸਿੰਘ ਮਜੀਠੀਆ ਕਿਉਂਕਿ ਉਹ ਇੱਕ ਬਲੰਟਲੀ ਵਿਰੋਧ ਕਰਦੇ ਨੇ ਬਲੰਟਲੀ ਸਰਕਾਰ ਦੀਆਂ ਧੱਕੇਸ਼ਾਹੀਆਂ ਦਾ ਬਲੰਟਲੀ ਵਿਰੋਧ ਕਰਦੇ ਨੇ ਅਤੇ ਉਹ ਜਿਹੜਾ ਹੁਣ ਵੀ ਉਹਨਾਂ ਨੇ ਕੀਤਾ ਆਉਣ ਵਾਲੇ ਸਮੇਂ 'ਚ ਵੀ ਕਰਦੇ ਰਹਿਣਾ ਜੀ ਉਹ ਜਿਹੜਾ ਵਾ ਉਹਦੇ ਕਰਕੇ ਇਹ ਤਾਂ ਗੱਲ ਹੈਗੀ ਆ ਵੀ ਇੱਕ ਭੈ ਹੈਗਾ ਦੂਸਰੇ ਪਾਰਟੀਆਂ ਦਾ ਇਹ ਇਹ ਜਿਹੜਾ ਨਾ ਜੀ ਇਹ ਸਵਾਲ ਜਿਹੜਾ ਤੁਸੀਂ ਸ਼ਾਇਦ ਅਕਾਲੀ ਦਲ ਦੇ ਪਿਛਲੇ ਇਤਿਹਾਸ ਨੂੰ ਅਤੇ ਹੁਣ ਨੂੰ ਜਾਣਦੇ ਨਹੀਂ ਰਹੇ ਇਹ ਜਿਹੜਾ ਇੱਕ ਵੰਡੈਕਟਿਵ ਜਿਹੜੀ ਆ ਨਾ ਐੱਫ ਆਈ ਆਰ ਹੈ ਇਹ ਕੋਈ ਮੋਰਚਾ ਨਹੀਂ ਗਾ ਵੀ ਪੰਜਾਬ ਦੇ ਉਹ ਕਰਨ ਐੱਫ ਆਈ ਆਰ ਦਰਜ ਪੰਜਾਬ ਦੇ ਹੱਕਾਂ ਖਾਤਰ ਲੜ ਰਹੇ ਮਜੀਠੀਆ ਸਾਹਿਬ ਦੇ ਖਿਲਾਫ ਉਸ ਭਾਵਨਾ ਦੀ ਐੱਫ ਆਈ ਆਰ ਦਰਜ ਕਰਨ ਸਾਹਿਬ ਬਿਕਰਮ ਸਿੰਘ ਮਜੀਠੀਆ ਇੱਕ ਮਿੰਟ ਨਹੀਂ ਬਾਹਰ ਲਾਉਣਗੇ ਜੀ ਉਹਨਾਂ ਹੱਕਾਂ ਲਈ ਪੰਜਾਬ ਦੇ ਹੱਕਾਂ ਲਈ ਉਹਨਾਂ ਨੇ ਸਾਹਿਬ ਬਿਕਰਮ ਮਜੀਠੀਆ ਸਿੰਘ ਮਜੀਠੀਆ ਦੇ ਕਰੈਕਟਰ ਅਸੈਸੀਨੇਸ਼ਨ ਕਰਨ ਵਾਸਤੇ ਪਰਚਾ ਦਰਜ ਕੀਤਾ ਇੱਕ ਉਸ ਕਿਸਮ ਦਾ ਪਰਚਾ ਦਰਜ ਕੀਤਾ ਜਿਹੜਾ ਜਿਹੜੀਆਂ ਧਰਾਵਾਂ 'ਚ ਬੇਲ ਨਹੀਂ ਹੋ ਸਕਦੀ ਉਹ ਜਿਹੜਾ ਵਾ ਉਹਦੇ 'ਚ ਪਰਚਾ ਦਰਜ ਕੀਤਾ ਇਹਦੇ ਵਿੱਚ ਕੋਈ ਇਹਦੇ 'ਚ ਐਬਸਕਾਉਂਡਿੰਗ ਵਾਲੀ ਗੱਲ ਨਹੀਂ ਹੈਗੀ ਇਹਦੇ 'ਚ ਰਾਈਟ ਬਣਦਾ ਹਰ ਬੰਦੇ ਦਾ ਵੀ ਉਹ ਕੋਰਟ ਦੇ ਕੋਲ ਆਪਣੀ ਰਿਲੀਫ ਲੈਣ ਜਾਣ ਲੈਣ ਦੀ ਜਾ ਸਕਦਾ ਦੇਖੋ ਇਹ ਜਿਹੜਾ ਨਾ ਇਸ ਤਰ੍ਹਾਂ ਨਹੀਂ ਹੋ ਸਕਦਾ ਇਹ ਕਨਸਟੀਟਿਊਸ਼ਨਲ ਰਾਈਟ ਆ ਕੋਰਟ ਇਹਦੇ 'ਤੇ ਫੈਸਲਾ ਕਰੂਗੀ ਇਹ ਨੋਮੀਨੇਸ਼ਨ ਫਾਈਲ ਕਰਨ ਤੋਂ ਜਿਹੜਾ ਨਾ ਬੜੇ ਹੋਰ ਵੀ ਤਰੀਕੇ ਨੇ ਜਦੋਂ ਹੁੰਦਿਆਂ ਹੋਇਆ ਵੀ ਉਹਨਾਂ ਦੇ ਜਿਹੜੇ ਵਰਕਰ ਨੇ ਸਾਹ ਸੁਖਵੀਰ ਸਿੰਘ ਜੀ ਬਾਦਲ ਸਾਡੇ ਪਾਰਟੀ ਪ੍ਰੈਜੀਡੈਂਟ ਨੇ ਉਹਨਾਂ ਨੇ ਇਹ ਜਿਹੜੀ ਪਿਛਲੀ ਰਹੀ ਆ ਗੈਰ ਹਾਜ਼ਰੀ ਉਹਦੇ 'ਚ ਵੀ ਉਹਨਾਂ ਬਹੁਤ ਹਾਰਡ ਵਰਕ ਕੀਤਾ ਵਰਕਰ ਵੀ ਉਹਨਾਂ ਹਾਰਡ ਵਰਕ ਕਰਨਗੇ ਅਤੇ ਸਾਹਿਬ ਬਿਕਰਮ ਮਜੀਠੀਆ ਦੀ ਗੈਰ ਹਾਜ਼ਰੀ ਵੀ ਜਿਹੜੀ ਆ ਨਾ ਵਰਕਰਾਂ ਲਈ ਇੱਕ ਬੜਾ ਵੱਡਾ ਹੌਸਲੇ ਦਾ ਕੰਮ ਕਰਦੀ ਆ ਪ੍ਰੇਰਨਾ ਸਰੋਤ ਨੇ ਉਹ ਆਪਣੀ ਪਾਰਟੀ ਦੇ ਲੀਡਰਾਂ ਵਾਸਤੇ ਪਰ ਉਹਨਾਂ ਦੀ ਗੈਰ ਹਾਜ਼ਰੀ ਅਫੈਕਟ ਕਰਦੀ ਆ ਪਰ ਲੰਮਾ ਸਮਾਂ ਨਹੀਂ ਰਹੂਗੀ ਬਹੁਤ ਛੇਤੀ ਉਹਨਾਂ ਨੂੰ ਕੋਰਟ ਵੱਲੋਂ ਜਿਹੜੀ ਆਸ ਕਰਦੇ ਆ ਰਿਲੀਫ ਮਿਲ ਜਾਵੇ ਦੇਖੋ ਡਾਕਟਰ ਰਾਜਕੁਮਾਰ ਵੇਰਕਾ ਜਿਹੜਾ ਨਾ ਬੜੇ ਸੀਜ਼ਨਡ ਲੀਡਰ ਨੇ ਉਹਨਾਂ ਨੇ ਬੜਾ ਲੰਮਾ ਸਮਾਂ ਰਾਜਨੀਤਿਕ ਸਫ਼ਰ ਹੰਢਾਇਆ ਆਪਣਾ ਅਜਿਹੀ ਸਟੇਟਮੈਂਟ ਉਹਨਾਂ ਨੂੰ ਦੇਣੀ ਨਹੀਂ ਬਣਦੀ ਉਹ ਉਹਨਾਂ ਦੇ ਕਹਿਣ ਦੀ ਕਿਹੜੀ ਗੱਲ ਹੈ ਜੀ ਉਹ ਆਪਣੀਆਂ ਦਾ ਫਿਕਰ ਕਰਨ
अकाली दल वेखो वेखो एक गल जी है ना साफ तौर गल आ जिहड़ा हिंदुस्तान की डेमोक्रेसी दे विच जिहड़े रीजनल पार्टियां उन्हां दा अपना एक थाम आ एक नैशनल पार्टी का अपनियां बड़ियां लिमिटेशनज हुंदियां ने पंजाब दे सूबे दे हित जिहड़े आ नाल दे सूबे दे नाल टकरा सकदे आ रीजनल पार्टी ने अपने सूबे दे हितां दी गल करनी आ